ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪਸ ਤੁਸੀਂ ਸਾਰਿਆਂ ਨੂੰ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਕੀਪਾ ਕੁਆਰੰਟਾਈਨ ਤੇ। ਕਾਫੀ ਟਾਈਮ ਤੋਂ ਆਪਾਂ ਜਿਹੜਾ ਸੂਟਾਂ ਦਾ ਜਿਹੜਾ ਕੰਮ ਆ ਚੱਲੀ ਆਪਣਾ ਜਾਂਦਾ ਸੀਗਾ, ਬਟ ਥੋੜੇ ਘਰੇਲੂ ਕੰਮਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਜਿਹੜਾ ਆਪਣਾ ਵਲੌਗ ਆ ਉਹ ਆਪਣੇ ਤੋਂ ਪਿਆ ਨਹੀਂ, ਤੇ ਬਾਕੀ ਜਿਹੜੇ ਆਪਣੇ ਵਰਕ ਵਾਲੇ ਸੂਟ ਆ ਉਹ ਆਪਣਾ ਚੱਲੀ ਜਾਂਦਾ। ਜਿਹੜੀ ਨਿਊ ਕਲੈਕਸ਼ਨ ਲੈ ਕੇ ਆਉਣੀ ਸੀ ਆਪਾਂ ਕਾਟਨ ਦੀ ਕਲੈਕਸ਼ਨ ਕਰਤੀ ਬੰਦ, ਕੁਝ ਕੁ ਆਪਣੇ ਕਾਟਨ ਦੀ ਕਲੈਕਸ਼ਨ ਦੇ ਜਿਹੜੇ ਸੂਟ ਸੀਗੇ ਉਹ ਸਟਿਚ ਹੋ ਕੇ ਆਏ ਆ। ਮੈਂ ਕਿਹਾ ਸੋਚਿਆ ਉਹ ਵੀ ਦਿਖਾ ਦਾਂ, ਬਾਕੀ ਥੋੜ੍ਹੇ ਜਿਹੇ ਮੈਂ ਵਲੌਗਾਂ 'ਚ ਨਹੀਂ ਦਿਖਾਏ ਹੈ ਨਾ, ਜਿਹੜੀ ਆਪਣੇ ਕੋਲ ਟੇਲਰ ਕੋਲੋਂ ਸੂਟ ਆਉਂਦੇ ਸੀਗੇ ਉਹ ਆਪਾਂ ਕੋਰੀਅਰ ਕਰ ਦਿੰਦੇ ਸੀਗੇ। ਹੁਣ ਮੈਂ ਸੋਚਿਆ ਵੀ ਜਿਹੜੇ ਆਪਣੇ ਕੋਲ ਥੋੜ੍ਹੇ ਸੂਟ ਪਏ ਆ, ਕੋਈ ਵਰਕ ਵਾਲੇ ਪਏ ਆ, ਅਤੇ ਬਾਕੀ ਜਿਹੜੀ ਨਵੀਂ ਕਲੈਕਸ਼ਨ ਲੈ ਕੇ ਆਉਂਦੀ ਤੁਹਾਨੂੰ ਸ਼ੋਅ ਕਰੀਏ, ਅਤੇ ਤੁਸੀਂ ਵੀ ਰੱਖਣੀ ਤਾਂ ਪਹਿਲਾਂ ਜਿਹੜੇ ਆਪਣੇ ਸੂਟ ਬਾਏ ਕਰੋ। ਬੁਟੀਕ ਦੇ ਕੰਮ 'ਚ ਥੋੜ੍ਹਾ ਜਿਹਾ ਆਪਣੇ ਡਿਫਰੈਂਸ ਪੈ ਗਿਆ ਸੀ, ਬਟ ਹੁਣ ਨਹੀਂ ਪੈਣ ਦਿੰਦੇ, ਹੁਣ ਰੈਗੂਲਰ ਵਲੌਗਸ ਵੀ ਆਉਣਗੇ, ਸੂਟ ਵੀ ਦਿਖਾਇਆ ਕਰਾਂਗੇ ਆਪਾਂ, ਨਵੀਂ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਰਹਾਂਗੇ। ਬਟ ਜਿਹੜੀ ਕਾਟਨ ਕਲੈਕਸ਼ਨ ਆ ਹੁਣ ਉਹ ਆਪਣੇ ਕੋਲ ਨਹੀਂ ਆਊਗੀ, ਕਿਉਂਕਿ ਤੁਹਾਨੂੰ ਪਤਾ ਵੀ ਅੱਗੇ ਅੱਗੇ ਮੌਸਮ ਚੇਂਜ ਹੋਈ ਜਾਂਦਾ ਹੈ ਨਾ, ਅਤੇ ਜਿਹੜੀ ਕਾਟਨ ਕਲੈਕਸ਼ਨ ਆ ਉਹ ਘੱਟ ਬਾਏ ਕਰਨਾ ਚਾਹੁੰਦੇ ਲੋਕ, ਠੀਕ ਹੈ। ਅਤੇ ਪਹਿਲਾ ਸੂਟ ਜਿਹੜਾ ਆਪਣਾ ਮੋਸਟ ਡਿਮਾਂਡਡ ਸੀਗਾ ਹੈ ਨਾ ਮੇਰੇ ਸੂਟ ਨਾਲ ਦਾ, ਆਪਣੀ ਬੋਟਮ ਆ ਅਤੇ ਆਪਣੀ ਹੈਗੀ ਸ਼ਰਟ। ਇਹ ਭੈਣ ਨੇ ਲਾਈਨਿੰਗ ਲਾ ਕੇ ਸੂਟ ਜਿਹੜਾ ਸਟਿਚ ਕਰਵਾਇਆ, ਉਹ ਕਹਿੰਦੇ ਮੈਂ ਲਾਈਨਿੰਗ ਲਵਾਉਣੀ, ਫਿਰ ਆਪਾਂ ਲਾਈਨਿੰਗ ਲਵਾਤੀ ਸੀਗੀ ਬੋਟਮ ਥੱਲੇ ਵੀ ਸ਼ਰਟ ਥੱਲੇ ਵੀ, ਅਤੇ ਜਿਹੜੀ ਇਹਦਾ ਦੁਪੱਟਾ, ਇਹਦਾ ਦੁਪੱਟਾ ਉਹ ਵੀ ਸਟਾਰਟ ਵਾਲਾ ਦੁਪੱਟਾ, ਠੀਕ ਹੈ, ਸਹੀ ਇਹਦਾ ਕਲਰ। ਫਸਟ ਆਪਣਾ ਇਹ ਆ ਸੂਟ, ਸੈਕਿੰਡ ਇੱਕ ਭੈਣ ਨੇ ਰੈਡੀ ਕਰਾਇਆ ਸੂਟ, ਜਿਵੇਂ ਮੈਂ ਨਹੀਂ ਬਣਾਈ ਫਰੋਕ, ਸੇਮ ਡਿਜ਼ਾਈਨ ਬਣਾਇਆ। ਹਾਂ ਸੇਮ ਡਿਜ਼ਾਈਨ ਬਣਾਇਆ, ਹਾਲੇ ਕੁ ਉਵੇਂ ਪਹੁੰਚਿਆ, ਅਤੇ ਤਿੰਨ ਜਿਹੜੀਆਂ ਲੈਸਾਂ ਲਗਵਾਈਆਂ ਨੇ ਅਤੇ ਉਵੇਂ ਆਪਾਂ ਜਿਹੜੀ ਬਣਾਈ ਆ ਫਰੋਕ। ਇਹ ਪ੍ਰਿੰਟ ਸਾਰੇ ਆਊਟ ਆਫ ਸਟਾਕ ਆ। ਹਾਂ ਪ੍ਰਿੰਟ ਕੋਈ ਨਹੀਂ ਮਿਲਦਾ, ਬਸ ਮੈਂ ਤਾਂ ਥੋੜ੍ਹਾ ਸਿਰਫ ਡਿਜ਼ਾਈਨ ਦਿਖਾ ਰਹੀ ਹਾਂ ਹੈ ਨਾ। ਹਾਂ ਇਹਦੇ 'ਤੇ ਲੈਸ ਲੱਗੀ ਹੈ ਅਤੇ ਬਾਕੀ ਨੈਕ 'ਤੇ, ਠੀਕ ਹੈ। ਅਤੇ ਇਹਦੇ ਨਾਲ ਦੁਪੱਟਾ ਕਿੱਥੇ ਸੀਗਾ, ਅਸੀਂ ਇਹਦਾ ਦੁਪੱਟਾ ਵੀ ਆਪਾਂ ਟਾਈ ਹੁੰਦਾ ਹੀ ਕਰਵਾਇਆ, ਜਮਾਂ ਮੈਚ ਕਰਦਾ ਜਮਾਂ ਟਿਕਟੋ। ਵੈਸੇ ਮੈਂ ਨਾ ਮਤਲਬ ਕੱਟ ਨਹੀਂ ਲੈ ਕੇ ਜਾਂਦੀ, ਮੈਂ ਸੂਟ ਹੀ ਲੈ ਕੇ ਜਾਂਦੀ ਹਾਂ, ਇਕੱਲਾ ਆਹੀ ਸੂਟ ਹੈ ਜਿਹਦੀ ਮੈਂ ਕੱਟ ਰੱਖੀ ਸੀਗੀ। ਅਤੇ ਨੈਕਸਟ ਵਨ ਆਪਣੇ ਕੋਲ ਹੈਗਾ ਮੋਸਟ ਮੋਸਟ ਫੇਵਰੇਟ ਸਾਰਿਆਂ ਦਾ ਸੂਟ, ਠੀਕ ਹੈ। ਇਹ ਆਪਣੇ ਕੋਲ ਬਸ ਲਾਸਟ ਪੀਸ ਬਚਿਆ ਸੀਗਾ, ਉਹ ਭੈਣ ਨੇ ਸਟਿਚ ਕਰਾ ਲਿਆ ਆਪਣੇ ਕੋਲ। ਆਹ ਬੋਟਮ ਆ, ਆਹ ਬਣੀ ਹੋਈ ਸ਼ਰਟ, ਨੀਚੇ ਆਪਾਂ ਪ੍ਰਿੰਟੈਕਸ ਪਵਾਏ ਆ, ਇੱਧਰ ਲੈਸ ਲਵਾ ਕੇ ਵਿਚਾਲੇ ਪ੍ਰਿੰਟੈਕਸ, ਉਵੇਂ ਆਪਾਂ ਬਾਜੂ ਦੇ ਬਣਵਾਇਆ ਡਿਜ਼ਾਈਨ ਅਤੇ ਨੈਕ ਦੇ, ਠੀਕ ਹੈ। ਇਹ ਆਪਣਾ ਹੋ ਗਿਆ ਕਾਟਨ ਦੇ ਸੂਟ ਜਿਹੜੇ ਆਪਾਂ ਰੈਡੀ ਕਰਾਏ ਆ। ਉਸ ਤੋਂ ਬਾਅਦ ਆਪਾਂ ਤੁਹਾਨੂੰ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਆਪਾਂ ਤੁਹਾਨੂੰ ਮੈਂ ਕਿਹਾ ਸੀ ਵੀ ਆਹ ਔਰਗੈਂਜ਼ਾ ਤੇ ਆਪਣੇ ਕੋਲ ਆਇਆ ਹੈ ਨਾ, ਨਾਲ ਫਿਉਣਾ ਦੀ ਬੋਟਮ ਆ। ਇਹ ਆਪਾਂ ਇੱਕ ਆਂਟੀ ਦਾ ਸੂਟ ਰੈਡੀ ਕਰਵਾਇਆ, ਤੁਸੀਂ ਚੈੱਕ ਕਰ ਸਕਦੇ ਹੋ ਵਾਈਟ ਕਲਰ ਦੇ ਵਿੱਚ ਹੈ, ਇਹਦੀਆਂ ਆਪ ਬਾਜੂ ਰੈਡੀ ਕਰਾਂਗਾ, ਠੀਕ ਹੈ। ਇਹਦੀ ਜਿਹੜੀ ਬੋਟਮ ਆ ਉਹ ਆਪਾਂ ਸਿੰਪਲ ਰੱਖੀ ਆ ਫਿਉਣਾ ਦੀ। ਇਹਦੇ 'ਚ ਆਪਣੇ ਕੋਲ ਬਲੈਕ ਕਲਰ ਅਵੇਲੇਬਲ ਆ, ਜੇ ਕਿਸੇ ਨੇ ਬਾਏ ਕਰਨਾ ਤੁਸੀਂ ਬਾਏ ਕਰ ਸਕਦੇ ਹੋ, ਇਕੱਲੀ ਸ਼ਰਟ ਵੀ ਮਿਲ ਜੂਗੀ ਅਤੇ ਤੁਹਾਨੂੰ ਆਲ ਓਵਰ ਆ ਮਤਲਬ ਔਰ ਦੂਜਾ ਕੰਟਰਾਸਟ 'ਚ ਸੂਟ ਵੀ ਮਿਲ ਜੂਗਾ। ਮੈਂ ਇਹ ਵਾਈਟ ਕਲਰ 'ਚ ਆ, ਇਹ ਬਲੈਕ ਕਲਰ 'ਚ ਅਵੇਲੇਬਲ ਆ। ਇਹ ਸੂਟ ਦਾ ਪ੍ਰਾਈਜ਼ ਹੈਗਾ 1000, ਠੀਕ ਹੈ, 1000 ਸੂਟ ਦਾ ਪ੍ਰਾਈਜ਼ ਆ। ਜੇ ਤੁਸੀਂ ਇਕੱਲੀ ਸ਼ਰਟ ਲੈਣੀ ਆ ਤਾਂ ਤੁਹਾਨੂੰ 500 ਦੀ ਮਿਲ ਜੂ, ਠੀਕ ਹੈ। ਇਹ ਸੂਟ ਇੱਦਾਂ ਦਾ। ਉਸ ਤੋਂ ਬਾਅਦ ਨੈਕਸਟ ਵਨ ਜਿਹੜੇ ਸੂਟ ਆਪਾਂ ਵਰਕ ਵਾਲੇ ਆਪਣੇ ਕੋਲ ਪਏ ਸੀ ਉਹ ਆਪਾਂ ਪ੍ਰਾਈਜ਼ ਉਹਨਾਂ ਦਾ ਕਰਤਾ ਘੱਟ। ਸਭ ਤੋਂ ਪਹਿਲਾਂ ਸੂਟ ਆਪਣੇ ਕੋਲ ਆਹ ਵਾਲਾ,
ਇਹ ਸੂਟ ਦਾ ਪ੍ਰਾਈਸ ਆਪਾਂ ਲੈਸ ਕਰਕੇ ਓਨਲੀ 2000 ਕਰਤਾ, ਕਿਉਂਕਿ ਰੱਖੜੀ 'ਤੇ ਆਪਾਂ ਸੋਚਿਆ ਵੀ ਚਲੋ ਥੋੜ੍ਹੀ ਜਿਹੀ ਔਫਰ ਦਿੱਤੀ ਜਾਵੇ, ਹੈ ਨਾ। ਆਏ ਦੀ ਸ਼ਰਟ 'ਤੇ ਵਰਕ ਆ, ਠੀਕ ਹੈ, ਅਤੇ ਆਏ ਦੀ ਬਾਜੂ 'ਤੇ ਵਰਕ ਆ। ਸਿਰਫ ਅਤੇ ਸਿਰਫ 2000 ਦਾ ਸੂਟ ਹੈ, ਵਿਧ ਦੁਪੱਟਾ, ਚਨੌਨ ਦਾ ਦੁਪੱਟਾ ਬਣਿਆ ਹੋਇਆ, ਟਾਈ ਐਂਡ ਟਾਈ, ਠੀਕ ਹੈ। ਇਹ ਸੂਟ ਦਾ ਪ੍ਰਾਈਸ ਆਪਾਂ ਸਿਰਫ 2000 ਰੁਪਇਆ ਰੱਖਿਆ। ਜੇ ਕਿਸੇ ਨੇ ਬਾਏ ਕਰਨਾ ਤਾਂ ਤੁਸੀਂ ਕਰ ਸਕਦੇ ਹੋ, ਕਿਉਂਕਿ ਆਪਾਂ ਹੁਣ ਇਹਦਾ ਪ੍ਰਾਈਸ ਬਹੁਤ ਘੱਟ ਕਰਤਾ। ਨੈਕਸਟ ਮੈਨ ਆਪਣੇ ਕੋਲ ਸੂਟ ਹੈਗਾ ਆਹ, ਇਹ ਸੂਟ ਹੈਗਾ ਵਿਦਆਊਟ ਦੁਪੱਟਾ, ਇਹਦਾ ਪ੍ਰਾਈਸ ਵੀ ਕਾਫੀ ਜ਼ਿਆਦਾ ਸੀਗਾ, ਬਟ ਹੁਣ ਆਪਾਂ ਇਹਦਾ ਲੈਸ ਕਰਕੇ 2000 ਕਰਤਾ। ਇਹਦੀ ਇੱਕ ਸ਼ਰਟ ਬਣੀ ਹੋਈ ਆ ਇਸ ਤਰੀਕੇ ਦੀ, ਉਸ ਤੋਂ ਬਾਅਦ ਇਹਦੀ ਬਾਜੂ ਬਣੀ ਹੋਈ, ਠੀਕ ਹੈ। ਇਹਦੀਆਂ ਬਾਜੂ ਨੇ ਪਾਕਿਸਤਾਨੀ, ਫੁੱਲ ਪਾਕਿਸਤਾਨੀ ਜਿਹੜੀ ਇਹਦੇ ਬਾਜੂ ਬਣਨਗੀਆਂ। ਇਹ ਸੂਟ ਦਾ ਪ੍ਰਾਈਸ, ਇਹ ਵਿਦਆਊਟ ਦੁਪੱਟਾ 2000 ਦਾ, ਉਹ ਵਿਦ ਦੁਪੱਟਾ 2000, ਠੀਕ ਹੈ। ਜੇ ਤੁਸੀਂ ਸਾਡੇ ਕੋਲੋਂ ਰੈਡੀ ਕਰਵਾਉਣਾ, ਤੁਸੀਂ ਰੈਡੀ ਵੀ ਕਰਵਾ ਸਕਦੇ ਹੋ, ਜਿਵੇਂ ਤੁਸੀਂ ਇਹਦਾ ਦੁਪੱਟਾ ਜਿੱਦਾਂ ਕਹੋਗੇ ਆਪਾਂ ਉਹਦਾ ਡਿਜ਼ਾਇਨ ਵੀ ਕਰ ਦਾਂਗੇ, ਹੈ ਨਾ। ਲੈਸ ਵਗੈਰਾ ਲਾ ਕੇ ਤੁਹਾਨੂੰ ਪਤਾ ਵੀ ਆਪਣੀ ਫਿਨਿਸ਼ਿੰਗ ਬਾਜੂ ਹੀ ਆ ਜਾਂਦੀ ਹੈ। ਉਸ ਤੋਂ ਬਾਅਦ ਇਹ ਸੂਟਾਂ ਦਾ ਆਪਣਾ ਹੋ ਗਿਆ ਡਨ। ਉਸ ਤੋਂ ਬਾਅਦ ਆਪਣੇ ਕੋਲ ਆ ਗਏ ਜਿਹੜੇ ਆਪਣੇ ਕੋਲ ਪੈਂਡਿੰਗ ਸੂਟਸ ਪਏ ਆ, ਠੀਕ ਹੈ। ਸਭ ਤੋਂ ਪਹਿਲਾ ਸੂਟ ਆਪਣੇ ਕੋਲ ਇੱਕ ਕਾਟਨ ਦਾ ਆਵਲਾ ਰਹਿੰਦਾ, ਜਿਹਦਾ ਪ੍ਰਾਈਸ ਹੈਗਾ 550। ਆਹ ਕਾਟਨ ਦਾ ਸੂਟ ਹੈਗਾ 550। ਨੈਕਸਟ ਵਨ ਆਪਣੇ ਕੋਲ ਹੈਗਾ 550। ਇਹ 3 ਸੂਟ ਆਪਣੇ ਕੋਲ ਹੈਗੇ ਕਾਟਨ ਦੇ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਜੋਰਜੈਟ ਦੇ ਸੂਟ ਸੀਗੇ 800, ਸਿਰਫ ਇਹ 3 ਸੂਟ ਜੋਰਜੈਟ ਦੇ ਆਪਣੇ ਕੋਲ ਪੈਂਡਿੰਗ ਆ, ਜਿਹਨੇ ਬਾਏ ਕਰਨੇ ਤੁਸੀਂ ਕਰ ਸਕਦੇ ਹੋ, ਠੀਕ ਹੈ। ਹੁਣ ਤੁਹਾਨੂੰ ਪਤਾ ਵੀ ਅੱਗੇ ਰੱਖੜੀ ਆ ਗਈ, ਅਤੇ ਰੱਖੜੀ 'ਤੇ ਮੈਂ ਸੋਚਿਆ ਵੀ ਚਲੋ ਆਪਾਂ ਸਾਰੇ ਸੂਟ ਦਿਖਾ ਦਿੱਤੇ, ਦਿਖਾ ਦਈਏ, ਜਿਹਨਾਂ ਜਿਹਨਾਂ ਨੇ ਜਿਵੇਂ ਜਿਵੇਂ ਸੂਟ ਬਾਏ ਕਰਨੇ ਹੋਣਗੇ ਕਰ ਸਕਦੇ ਹੋ। ਆਪਣੇ ਕੋਲ ਕਾਟਨ ਦੇ ਸੂਟ ਆ, ਆਪਣੇ ਕੋਲ ਜੋਰਜੈਟ ਦੇ। ਅਤੇ ਇਹਦਾ ਫੈਬਰਿਕ ਜੇ ਤੁਸੀਂ ਪੁੱਛੋਗੇ ਤਾਂ ਇਹ ਜੋਰਜੈਟ ਆ ਪਲੇਨ, ਜੇ ਇਹਦਾ ਫੈਬਰਿਕ ਪੁੱਛੋਗੇ ਤਾਂ ਇਹ ਜੋਰਜੈਟ ਹੈ ਚੈੱਕਲ, ਠੀਕ ਹੈ। ਅਤੇ ਇਹਨਾਂ ਸੂਟਾਂ ਨੂੰ ਪਾਸੇ ਕਰਕੇ ਨਵੀਂ ਕਲੈਕਸ਼ਨ, ਆਪਣੇ ਕੋਲ ਆਈ ਆ ਟੈਬੀ ਚੈੱਕ, ਠੀਕ ਹੈ। ਟੈਬੀ ਦੇ ਆਪਣੇ ਜਿਹੜੇ ਪ੍ਰਿੰਟ ਆਏ ਆ, ਮੈਂ ਤੁਹਾਨੂੰ ਦਿਖਾਉਣੀ, ਇੰਨੇ ਜ਼ਿਆਦਾ ਸੋਹਣੇ ਪ੍ਰਿੰਟ ਆਏ ਆਪਣੇ, ਤੈਨੂੰ ਪੁੱਛੋ ਬਹੁਤ ਸੋਹਣੇ ਲੱਗੇ ਨਾ ਅੰਦਰ, ਸਾਰੇ ਇੱਕ ਤੋਂ ਇੱਕ ਚੜ੍ਹਵਾਂ ਪ੍ਰਿੰਟ ਆ। ਟੈਬੀ ਦੀ ਇਹਦੀ ਬੋਟਮ ਆ, ਬੋਟਮ ਚੈੱਕ ਕਰੋ ਤੁਸੀਂ, ਬਹੁਤ ਪਿਆਰਾ ਕੱਪੜਾ ਆ, ਇੰਨਾ ਸੋਫਟ ਹੈ ਫੈਬਰਿਕ, ਦੇਖੀ ਅੰਦਰ ਫੈਬਰਿਕ ਚੈੱਕ ਕਰੀ, ਦੇਖੀ ਇੰਨਾ ਸੋਹਣਾ ਫੈਬਰਿਕ ਆ। ਟੈਬੀ ਲਾਈਨਿੰਗ ਦੇ ਵਿੱਚ ਹੈਗੀ ਜਿਹੜੀ ਇਹਦੀ ਬੋਟਮ ਆ, ਅਤੇ ਟੈਬੀ ਚੈੱਕ ਦੇ ਵਿੱਚ ਜਿਹੜੀ ਇਹਦੀ ਸ਼ਰਟ ਆ, ਚੈੱਕ ਕਰੋ ਤੁਸੀਂ, ਪ੍ਰਿੰਟ ਚੈੱਕ ਕਰੀ, ਚਲੋ ਹਾਂ, ਕਿੰਨਾ ਸੋਹਣਾ ਪ੍ਰਿੰਟ ਆ ਨਾ। ਇਹ ਸੂਟ ਦਾ ਪ੍ਰਾਈਸ ਰਹੂਗਾ 1000 ਰੁਪਇਆ, ਟੈਬੀ ਚੈੱਕ ਦੀ ਅਤੇ ਟੈਬੀ ਲਾਈਨਿੰਗ ਦੀ ਜਿਹੜੀ ਇਹਦੀ ਬੋਟਮ, ਠੀਕ ਹੈ। ਨੈਕਸਟ ਸੂਟ ਆ ਗਈ, ਨੈਕਸਟ ਸੂਟ ਆਪਣੇ ਕੋਲ ਆ ਗਿਆ ਪਲੇਨ ਬੋਟਮ, ਇਹਦੇ ਨਾਲ ਇਹਦੇ ਨਾਲ ਲਾਈਨਿੰਗ ਹੋਈ ਸੀ ਨਾ, ਇਹਦੇ ਨਾਲ ਪਲੇਨ ਬੋਟਮ ਆ ਫਿਉਣਾ ਦੀ। ਤੁਸੀਂ ਇਹਦੀ ਸ਼ਰਟ ਚੈੱਕ ਕਰੋ, ਕਈਆਂ ਨੂੰ ਜਿਵੇਂ ਲਾਈਟ ਕਲਰ ਪਸੰਦ ਹੁੰਦਾ ਹੈ, ਅੰਦਰ ਇੰਨਾ ਹਲਕਾ ਕੱਪੜਾ, ਇੰਨਾ ਸੋਹਣਾ, ਲਓ ਬਈ ਸ਼ਰਟ ਚੈੱਕ ਕਰੋ ਤੁਸੀਂ, ਹਮ
ਬੜਾ ਸੋਹਣਾ ਡਿਜ਼ਾਈਨ ਹੈ। ਥਰਡ ਨੰਬਰ 'ਤੇ ਆਪਣੇ ਕੋਲ ਆ ਗਿਆ ਸੂਟ ਫਰੋਜ਼ੀ ਲਾਂਗੇ 'ਚ, ਇਹ ਵੀ ਆਪਣੇ ਕੋਲ ਟੈਬੀ ਲਾਈਨਿੰਗ 'ਚ ਹੈ ਬੋਟਮ, ਸਹੀ ਹੈ ਨਾ? ਸਕਾਈ ਸ਼ੇਡ ਨਹੀਂ ਆਉਂਦਾ ਹੋਰ ਹੀ। ਸ਼ਰਟ ਚੈੱਕ ਕਰੋ ਤੁਸੀਂ, ਇੰਨਾ ਵਧੀਆ ਕੱਪੜਾ ਹੈ, ਆ ਲਓ ਬੱਦਲ ਜਿਹੇ ਨੇ ਫਲਾਵਰ ਬਣੇ ਵੇ ਇਹਦੇ 'ਚ। ਇਹ ਸੂਟ ਦਾ ਪ੍ਰਾਈਜ਼ ਹੈਗਾ 1000। ਨੈਕਸਟ ਵਨ ਫਿਰ ਤੋਂ ਆਪਣੇ ਕੋਲ ਫਰੋਜ਼ੀ ਨਾਲ ਮੈਚਿੰਗ ਆ ਗਈ, ਅਤੇ ਫਰੋਜ਼ੀ ਨਾਲ ਮੈਚਿੰਗ ਵਾਲੀ ਸ਼ਰਟ ਦੇਖੋ ਤੁਸੀਂ, ਆ ਪ੍ਰਿੰਟ ਬਹੁਤ ਸੋਹਣਾ ਹੈ, ਪ੍ਰਿੰਟ ਬਹੁਤ ਸੋਹਣਾ ਮੈਂ ਕਿਹਾ ਟ੍ਰੈਂਡਿੰਗ ਪ੍ਰਿੰਟ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਈ ਮਜੈਂਟਾ ਕਲਰ ਦੀ ਬੋਟਮ, ਅਤੇ ਜਿਹਦੇ ਨਾਲ ਹੈਗੀ ਇਹ ਸ਼ਰਟ ਪੈਂਟ। ਸਾਰੇ ਸੂਟਾਂ ਦਾ ਜਿਹੜੇ ਟੈਬੀ ਪ੍ਰਿੰਟ ਵਾਲੇ ਇਹਨਾਂ ਦੇ ਸੂਟਾਂ ਦਾ ਪ੍ਰਾਈਜ਼ ਹੈਗਾ ਸਿਰਫ 1000। ਤੁਸੀਂ ਬਾਏ ਕਰ ਸਕਦੇ ਹੋ, ਆਪਣਾ ਸਕਰੀਨਸ਼ੋਟ ਸੈਂਡ ਕਰਕੇ, ਮੇਰਾ ਜਿਹੜਾ ਕੰਟੈਕਟ ਨੰਬਰ ਅਮਰਿੰਦਰ ਨੇ ਆਲਰੇਡੀ ਇਹਦੇ 'ਤੇ ਮੈਨਸ਼ਨ ਕਰ ਦਿੱਤਾ ਹੋਣਾ। ਨੈਕਸਟ ਵਨ ਆਪਣੇ ਕੋਲ ਆ ਗਈ ਪੈਰਟ, ਇਹ ਪਲੇਨ ਆਪਣੇ ਕੋਲ, ਇਹਦੀ ਸ਼ਰਟ ਦੇਖੋ ਤੁਸੀਂ, ਬਹੁਤ ਭੈਣਾਂ ਦੇ ਮੈਸੇਜ ਆਉਂਦੇ ਸੀ ਵਧੀਆ ਤੁਸੀਂ ਸਟੱਫ ਚੇਂਜ ਕਰਕੇ ਲੈ ਕੇ ਆਓ, ਤੁਹਾਨੂੰ ਪਤਾ ਵੀ ਹੋਣਾ ਨਾ, ਕਈਆਂ ਨੂੰ ਜੋਰਜਟ ਪਸੰਦ ਆ, ਕਈਆਂ ਨੂੰ ਟੈਬੀ ਪਸੰਦ ਆ, ਕਈਆਂ ਨੂੰ ਕਿਵੇਂ, ਕੋਈ ਨੂੰ ਸਿਲਕ ਪਸੰਦ ਆ, ਕਈਆਂ ਨੂੰ ਮਸਲੀਨ ਪਸੰਦ ਆ, ਕਈਆਂ ਨੂੰ ਮਸਲੀਨ ਪਸੰਦ ਆ। ਹਾਂ ਇਹਦੇ ਨਾਲ ਮਸਲੀਨ ਦੀ ਬੋਟਮ, ਅਮਰਿੰਦਰ ਨੇ ਮਸਲੀਨ ਮੂੰਹ ਚੋਂ ਕੱਢਿਆ, ਮਸਲੀਨ ਆ ਗਿਆ। ਅਤੇ ਆਹ ਸ਼ਰਟ ਚੈੱਕ ਕਰੋ ਤੁਸੀਂ, ਹਾਂਜੀ ਲਾਈਨਿੰਗ ਲੱਗੂਗੀ, ਬੋਟਮ ਥੱਲੇ ਲਾਈਨਿੰਗ ਨਾ ਲਵਾਓ, ਨਾ ਲਵਾਇਓ ਤੁਸੀਂ, ਸ਼ਰਟਾਂ ਥੱਲੇ ਲੱਗੂਗੀ, ਮੈਂ ਤੁਹਾਨੂੰ ਆਲਰੇਡੀ ਪਹਿਲੇ ਦੱਸ ਚੁੱਕੀ ਹਾਂ ਹੈ ਨਾ, ਕਿਉਂਕਿ ਕਈ ਫਿਰ ਭੈਣਾਂ ਕਹਿ ਦਿੰਦੀਆਂ ਨਾ ਵੀ ਤੁਸੀਂ ਦੱਸਿਆ ਨਹੀਂ, ਆਪਾਂ ਤੁਹਾਨੂੰ ਪਹਿਲਾਂ ਹੀ ਮੈਨਸ਼ਨ ਕਰਤਾ ਵੀ ਇਹਨਾਂ ਥੱਲੇ ਲਾਈਨਿੰਗ ਲੱਗੂਗੀ, ਕਿਉਂਕਿ ਇਹ ਟੈਬੀ ਪ੍ਰਿੰਟ ਆ, ਠੀਕ ਹੈ। ਇਹ ਆਪਣੇ ਕੋਲ ਹੈਗੇ 7-8 ਸੂਟ ਆ ਜਿਹੜੇ ਟੈਬੀ ਵਾਲੇ ਆ, ਇਹਨਾਂ 'ਚ ਪ੍ਰਿੰਟ ਮਤਲਬ ਆਪਣੇ ਕੋਲ ਸਿਰਫ 1 ਹੀ ਆ, 1 ਹੀ ਸੂਟ ਆ, ਮਤਲਬ ਇਹਦੇ ਨਾਲ ਦੇ ਕੋਈ ਵੀ 2-2 ਸੂਟ ਨਹੀਂ ਹੈਗੇ। ਅਤੇ ਤੁਸੀਂ ਜਲਦੀ ਜਲਦੀ ਜਿਹੜਾ ਆਪਣਾ ਸਕਰੀਨਸ਼ੋਟ ਸੈਂਡ ਕਰਕੇ ਮੈਨੂੰ ਆਪਣਾ ਜਿਹੜਾ ਆਰਡਰ ਹੈ ਪਲੇਸ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਜਿਹੜੇ ਨੇ ਲਾਸਟ ਤੱਕ ਵਲੌਗ ਦੇਖਿਆ, ਆਹ ਆਪਣੇ ਟੈਪੀ ਦੇ ਪ੍ਰਿੰਟਸ ਆ, ਠੀਕ ਹੈ। ਉਸ ਤੋਂ ਬਾਅਦ ਆਪਣੇ ਇੱਧਰ ਪਏ ਆ ਕੋਟਨ ਦੇ, ਆਹ ਆਪਣੀ ਆ ਗਈ ਜੋਰਜਟ, ਉਸ ਤੋਂ ਬਾਅਦ ਆਪਣੇ ਕੋਲ ਵਰਕ ਵਾਲੇ ਸੂਟ ਆ, ਠੀਕ ਹੈ। ਅਤੇ ਜਿਹਨਾਂ ਭੈਣਾਂ ਨੇ ਵੀ ਆਰਡਰ ਕਰਨਾ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ।